ਸਤਿ ਸ਼੍ਰੀ ਅਕਾਲ ਜਸ ਪੰਜਾਬੀ ਅਤੇ ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਕੁਲਵਿੰਦਰ ਸਿੰਘ, ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲ ਕਰਾਂਗੇ ਦੇਸ਼ ਦੀ ਅੱਧੀ ਆਬਾਦੀ ਦੀ। ਗੁਰਬਾਣੀ ਦੇ ਵਿੱਚ ਲਿਖਿਆ ਹੈ, ਸੋ ਕਿਉਂ ਮੰਦਾ ਆਖੀਐ ਜਿਤ ਜਨਮੇ ਰਾਜਾਨ। ਪਰ ਫਿਲਹਾਲ ਮੌਜੂਦਾ ਵੇਲੇ ਔਰਤਾਂ ਦੀ ਸਥਿਤੀ ਸਮਾਜ ਦੇ ਵਿੱਚ ਕਿੰਨੀ ਕੁ ਬਦਲੀ ਹੈ। ਬੇਸ਼ੱਕ ਅਸੀਂ ਖੁਦ ਨੂੰ ਕਹਿ ਰਹੇ ਹਾਂ ਕਿ ਅਸੀਂ ਬਹੁਤ ਸਾਰੀ ਤਰੱਕੀ ਕਰ ਰਹੇ ਹਾਂ, ਪਰ ਮੌਜੂਦਾ ਵੇਲੇ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਦਿੱਕਤਾਂ ਨੇ ਜੋ ਔਰਤਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਸਾਹਮਣਾ ਕਰ ਰਹੀਆਂ ਨੇ। ਨੌਜਵਾਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਅਤੇ ਇਸ ਮੌਕੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਕੁ ਤਬਦੀਲੀ ਉਹਨਾਂ ਨੂੰ ਲੱਗਦਾ ਹੈ ਕਿ ਔਰਤਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਆਈ ਹੈ। ਖਾਸ ਤੌਰ ਦੇ ਉੱਤੇ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਕੁਝ ਵਿਦਿਆਰਥੀ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿਨਾਂ ਤੁਹਾਡਾ? ਹਰਸ਼ਿਤਾ। ਹਰਸ਼, ਤੁਸੀਂ ਦੱਸੋ ਕਿ ਔਰਤਾਂ ਦੀ ਤੁਹਾਨੂੰ ਕੀ ਲੱਗਦਾ ਕਿ ਦੇਸ਼ ਦੇ ਵਿੱਚ ਕਿਸ ਤਰੀਕੇ ਦੀ ਹਾਲਤ ਹੈ? ਕੀ ਲੱਗਦਾ ਕਿ ਉਹਨਾਂ ਨੂੰ ਮੌਕੇ ਮਿਲ ਰਹੇ ਨੇ ਬਰਾਬਰ ਦੇ ਜਾਂ ਹਾਲੇ ਵੀ ਪਿੱਛੇ ਨੇ? ਉਹ ਜੇ ਅਸੀਂ ਪੁਰਾਣੇ ਟਾਈਮ ਤੋਂ ਗੱਲ ਕਰਦੇ ਹਾਂ ਜਾਂ ਪੁਰਾਣੇ ਟਾਈਮ ਤੋਂ ਕੰਪੇਅਰ ਕਰਦੇ ਹਾਂ, ਤਾਂ ਅੱਜ ਦੇ ਟਾਈਮ 'ਚ ਹਾਂ ਔਰਤਾਂ ਨੂੰ ਅਪਰਚੁਨਿਟੀਜ਼ ਮਿਲਦੀਆਂ, ਉਹਨਾਂ ਨੂੰ ਚਾਂਸਿਸ ਮਿਲਦੇ ਆ। ਪਰ ਗੱਲ ਹੈ ਕਿ ਹਲੇ ਵੀ ਕੁਝ ਐਸੀਆਂ ਚੀਜ਼ਾਂ ਨੇ ਉਹ ਜਿੱਥੇ ਅੱਗੇ ਨਹੀਂ ਆ ਸਕਦੀਆਂ। ਹੁਣ ਜਿਵੇਂ ਅਸੀਂ ਪੰਜਾਬ ਦੇ ਪਿੰਡਾਂ 'ਚ ਹੀ ਜਾਈਏ ਤਾਂ ਉੱਥੇ ਹਲੇ ਔਰਤਾਂ ਨੂੰ ਹਲੇ ਅੱਜ ਵੀ ਹੋਏ ਵੀ ਜੇ ਸਹੁਰਾ ਸਾਹਮਣੇ ਬੈਠਾ ਹੈ ਤਾਂ ਘੁੰਘਟ ਕੱਢ ਕੇ ਬਹਿਣਾ, ਅਤੇ ਹਲੇ ਉੱਥੇ ਤੱਕ ਉਹ ਚੀਜ਼ ਨਹੀਂ ਪਹੁੰਚੇ ਕਿ ਉਹ ਸਾਹਮਣੇ ਅੱਗੇ ਆ ਸਕਣ ਅਤੇ ਆਪਣੀ ਆਵਾਜ਼ ਉਠਾ ਸਕਣ। ਅਤੇ ਐਵੇਂ ਜਿਵੇਂ ਅਸੀਂ ਕਹਿੰਦੇ ਹਾਂ ਕਿ ਜਦ ਕੁੜੀਆਂ ਨੂੰ ਕੁਝ ਪ੍ਰੋਬਲਮਸ ਹੁੰਦੀਆਂ, ਪਰਸਨਲ ਪ੍ਰੋਬਲਮਸ ਹੁੰਦੀਆਂ, ਉਹ ਸਾਹਮਣੇ ਆ ਕੇ ਗੱਲ ਨਹੀਂ ਕਰ ਸਕਦੀਆਂ, ਅੱਜ ਵੀ ਉਹੀ ਕਹਿੰਦੇ ਆ ਕਿ ਹਾਂ ਵੀ ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਰਸੋਈ 'ਚ ਨਹੀਂ ਜਾ ਸਕਦੇ। ਤੁਹਾਨੂੰ ਰੀਜ਼ਨ ਕੀ ਲੱਗਦਾ ਵੀ ਸਾਡੀ ਸੁਸਾਇਟੀ ਦੇ ਵਿੱਚ ਇਹ ਚੀਜ਼ਾਂ ਪਈਆਂ ਹੋਈਆਂ ਨੇ ਸਾਡੇ ਸਮਾਜ, ਕਿਉਂਕਿ ਬਹੁਤ ਪੁਰਾਣੇ ਟਾਈਮ ਤੋਂ ਚੱਲਦੀਆਂ ਆ ਰਹੀਆਂ ਨੇ, ਤੁਹਾਨੂੰ ਲੱਗਦਾ ਹੈ ਕੁੜੀਆਂ ਨੂੰ ਜਿਹੜੀ ਐਜੂਕੇਸ਼ਨ ਹੈ ਉਹ ਨਹੀਂ ਦਿੱਤੀ ਜਾ ਰਹੀ ਉਸ ਪ੍ਰੋਪਰ ਤਰੀਕੇ ਨਾਲ, ਇਸ ਕਰਕੇ ਇਹ ਚੀਜ਼ਾਂ ਹਲੇ ਵੀ ਹੈਗੀਆਂ ਨੇ? ਬਈ ਸੰਸਕ੍ਰਿਤੀ ਇੱਦਾਂ ਦੀ ਹੈਗੀ ਹੈ ਅਤੇ ਉਹ ਚੀਜ਼ ਹੈ, ਉਹ ਹਲੇ ਵੀ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਦਿਮਾਗਾਂ 'ਤੇ ਹਲੇ ਵੀ ਉਹੀ ਚੀਜ਼ ਛਾਈ ਹੋਈ ਹੈ ਵੀ ਹਾਂ ਪੁਰਾਣੇ ਟਾਈਮ ਤੋਂ ਚੱਲਦੀਆਂ ਆ ਰਹੀਆਂ ਨੇ। ਪਰ ਉਸ ਚੀਜ਼ ਨੂੰ ਜੇ ਜਿੰਨਾ ਕੁੜੀਆਂ ਨੂੰ ਅੱਗੇ ਵਧਾਉਣਗੇ, ਅੱਜ ਦੇ ਟਾਈਮ 'ਚ ਵੈਸੇ ਵੀ ਕੁੜੀਆਂ ਹੀ ਅੱਗੇ ਨੇ, ਜੇ ਤੁਸੀਂ ਪੜ੍ਹਾਈ ਦੇ ਮਾਮਲੇ 'ਚ ਵੇਖੋ, ਖੇਡ ਦੇ ਮਾਮਲੇ 'ਚ ਵੇਖੋ, ਕੁੜੀਆਂ ਮੁੰਡਿਆਂ ਤੋਂ ਅੱਗੇ ਨੇ। ਅਤੇ ਅੱਜ ਜੇ ਉਹਨਾਂ ਨੂੰ ਓਨੀ ਅਥਾਰਟੀ ਦਿੱਤੀ ਜਾਏਗੀ ਤਾਂ ਉਹ ਹੋਰ ਵਧਾਉਣਗੀਆਂ ਸਾਡੇ ਦੇਸ਼ ਨੂੰ। ਮੌਕਾ ਮਿਲ ਰਿਹਾ ਉਹਨਾਂ ਨੂੰ, ਤੁਸੀਂ ਦੱਸੋ? ਮਿਲ ਵੀ ਰਿਹਾ ਅਤੇ ਕਿਤੇ ਨਹੀਂ ਵੀ ਮਿਲ ਰਿਹਾ, ਹਲੇ ਦੋਨੋਂ ਚੀਜ਼ਾਂ ਨੇ, ਹਲੇ ਇਸ ਚੀਜ਼ ਨੂੰ ਹੋਰ ਵਧਾਉਣ ਦੀ ਹਲੇ ਨੀਡ ਹੈਗੀ ਹੈ। ਤੁਸੀਂ ਦੱਸੋ ਕਿ ਕਿਸ ਤਰੀਕੇ ਦੀ ਤੁਹਾਨੂੰ ਹਾਲਤ ਕੁੜੀਆਂ ਦੀ ਲੱਗਦੀ? ਲੱਗਦਾ ਹੈ ਕਿ ਕੁੜੀਆਂ ਨੂੰ ਮੌਕੇ ਮਿਲ ਰਹੇ ਨੇ ਬਰਾਬਰ ਦੇ? ਮੈਨੂੰ ਲੱਗਦਾ ਕਿ ਕੁੜੀਆਂ ਦਾ ਜੋ ਹਾਲਾਤ ਹੈ, ਜੋ ਵੀ ਹੈ ਉਹਨਾਂ ਦੇ ਖੁਦ ਦੇ ਮਤਲਬ ਕੰਡੀਸ਼ਨਸ ਜੋ ਵੀ ਕੁੜੀਆਂ ਦੀਆਂ, ਉਹ ਪਹਿਲਾਂ ਇਸ ਲਈ ਖਰਾਬ ਸੀਗੀਆਂ ਕਿਉਂਕਿ ਕੁੜੀਆਂ ਆਪਣੇ ਲਈ ਸਟੈਂਡ ਨਹੀਂ ਲੈਂਦੀਆਂ ਸੀਗੀਆਂ, ਹੁਣ ਇਸ ਲਈ ਠੀਕ ਹੈ ਕਿਉਂਕਿ ਹਰ ਕੋਈ ਆਪਣੇ ਲਈ ਸਟੈਂਡ ਲੈਣ ਲੱਗ ਗਿਆ। ਇਸ ਵਕਤ ਕੀ ਹੋ ਗਿਆ ਕਿ ਪਹਿਲਾਂ ਕੁੜੀਆਂ ਪਹਿਲਾਂ ਹੀ ਸਮਝਾ ਦਿੰਦਾ ਜਾਂਦਾ ਸੀਗਾ ਕਿ ਘਰ ਦੇ ਵੱਲੋਂ ਕਿ ਨਹੀਂ ਕੁਛ ਨਹੀਂ ਕਰਨਾ, ਬਸ ਵਿਆਹ ਹੋ ਜਾਣਾ 19-20 ਸਾਲ ਦੀ ਉਮਰ ਦੇ ਵਿੱਚ, ਉਸ ਤੋਂ ਬਾਅਦ ਬੱਚੇ ਇਹ ਉਹ। ਪਰ ਹੁਣ ਕੀ ਹੈ, ਹੁਣ ਕੁੜੀਆਂ ਨੇ ਪੜ੍ਹਨਾ, ਹੁਣ ਇੰਸਟੀਟਿਊਟ ਜਿਹਨੇ ਬਣ ਗਿਆ, ਇੰਨੀ ਓਪਰਚੁਨਿਟੀਜ਼ ਕੁੜੀਆਂ ਵਾਸਤੇ ਆ ਗਈਆਂ, ਕਿਉਂਕਿ ਹਰ ਜਗ੍ਹਾ ਤੋਂ ਅਗਰ ਇਕੁਆਲਿਟੀ ਵਾਈਜ਼ ਦੇਖਿਆ ਜਾਵੇ, ਅਗਰ ਕੁੜੀ ਨੂੰ ਕੋਈ ਚੀਜ਼ ਨਹੀਂ ਮਿਲ ਰਹੀ, ਅਗਰ ਕਾਲਜ ਐਡਮਿਸ਼ਨ ਮੁੰਡੇ ਨੂੰ ਮਿਲ ਗਈ ਅਤੇ ਕੁੜੀ ਨੂੰ ਨਹੀਂ ਮਿਲੀ, ਤਾਂ ਕੁੜੀ ਖੜੀ ਹੋ ਜਾਂਦੀ ਹੈ, ਹੁਣ ਉੱਥੇ ਸਟ੍ਰਾਈਕ ਕਰਨ ਲੱਗ ਜਾਂਦੀ ਹੈ ਕਿ ਨਹੀਂ ਹੁਣ ਨਹੀਂ ਹੋਣਾ ਚਾਹੀਦਾ ਹੈ। ਇਸ ਲਈ ਚੇਂਜ ਹੋ ਰਿਹਾ ਸਭ ਕੁਝ, ਕਿਉਂਕਿ ਕੁੜੀਆਂ ਨੂੰ ਕਿੱਥੇ ਨਾ ਕਿਤੇ ਹੁਣ ਦਿਖਣ ਲੱਗ ਗਿਆ ਕਿ ਸਾਡੀ ਵੀ ਰਾਈਟਸ ਹੈਗੀਆਂ, ਅਸੀਂ ਵੀ ਅੱਗੇ ਹਾਂ, ਪਹਿਲਾਂ ਕੁੜੀਆਂ ਇਸ ਚੀਜ਼ ਨੂੰ ਪਿੱਛੇ ਰੱਖਦੀਆਂ। ਪੇਰੈਂਟਸ ਦੇ ਵਿੱਚ ਕੋਈ ਚੇਂਜ ਲੱਗਿਆ ਤੁਹਾਨੂੰ? ਕਿਹੜੇ ਹੁਣ ਦੇ ਪੇਰੈਂਟਸ ਨੇ ਜਿਹੜੇ ਉਹ ਪਹਿਲਾਂ ਪੁਰਾਣੇ ਪੇਰੈਂਟਸ ਜਿਹੜੇ ਸੀ, ਮਾਪੇ ਸੀਗੇ ਉਹਨਾਂ ਦੇ ਨਾਲੋਂ ਉਹਨਾਂ ਦਾ ਕਿਉਂਕਿ ਐਜੂਕੇਸ਼ਨ ਲੈਵਲ ਚੰਗਾ ਹੋਇਆ ਤਾਂ ਉਹ ਅੱਗੇ ਕੁੜੀਆਂ ਨੂੰ ਅੱਗੇ ਮੌਕਾ ਦੇਣ ਦੇ ਵਿੱਚ ਉਹਨਾਂ ਦੀ ਜ਼ਿਆਦਾ ਸਹੂਲੀਅਤ ਹੈਗੀ? ਬਿਲਕੁਲ, ਮੈਨੂੰ ਲੱਗਦਾ ਅਗਰ ਪੇਰੈਂਟਸ ਐਜੂਕੇਟਡ ਹੋਣ ਤਾਂ ਉਹ ਆਪਣੇ ਬੱਚੇ ਨੂੰ ਜ਼ਰੂਰ ਐਜੂਕੇਟ ਕਰਨਾ ਚਾਹਣਗੇ। ਲੇਕਿਨ ਪਹਿਲਾਂ ਕੀ ਹੁੰਦਾ ਸੀਗਾ ਕਿ ਪੇਰੈਂਟਸ ਬੜੇ ਜਲਦੀ ਇਨਫਲੂਐਂਸ ਹੋ ਜਾਂਦੇ ਸੀ ਸੋਸਾਇਟੀ ਨਾਲੋਂ, ਅਗਰ ਸੋਸਾਇਟੀ ਨੇ ਕਹਿਤਾ ਕਿ ਨਹੀਂ ਤੁਸੀਂ ਆਪਣੀ ਧੀ ਨੂੰ ਵਿਆਹ ਦਿਓ ਕਿ ਪੜ੍ਹਾ ਰਹੇ ਹੋ ਕੁਛ ਇਵੇਂ, ਤਾਂ ਬੜੀ ਜਲਦੀ ਮੰਨ ਲੈਂਦੇ ਸੀਗੇ। ਬਟ ਹੁਣ ਕੀ ਹੈ, ਹੁਣ ਪੇਰੈਂਟਸ ਨੂੰ ਵੀ ਦੇਖਣ ਲੱਗ ਗਿਆ ਕਿ ਆਹ ਚੀਜ਼ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਵੀ ਅਗਰ ਉਹ ਨਹੀਂ ਵੀ ਪੜ੍ਹੇ ਲਿਖੇ, ਅਗਰ ਮੇਰੇ ਪੇਰੈਂਟਸ ਅਗਰ ਨਹੀਂ ਪੜ੍ਹੇ ਲਿਖੇ ਤਾਂ ਵੀ ਉਹ ਮੈਨੂੰ ਪੜ੍ਹਾ ਹੀ ਰਹੇ, ਇਸਦਾ ਮਤਲਬ ਇਹ ਤਾਂ ਨਹੀਂ ਕਿ ਨਹੀਂ ਪੜ੍ਹਾ ਰਹੇ, ਕਿਉਂਕਿ ਉਹਨਾਂ ਨੇ ਹੁਣ ਇਨਫਲੂਐਂਸ ਹੋਣਾ ਛੱਡਤਾ, ਕਿੱਥੇ ਨਾ ਕਿਤੇ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਉਹਨਾਂ ਨੇ ਨਹੀਂ ਪੜ੍ਹਾਇਆ ਆਪਣੇ ਬੱਚਿਆਂ ਨੂੰ, ਲੇਕਿਨ ਇਹ ਅੱਗੇ ਓਪਰਚੁਨਿਟੀ ਦਿੱਤੀ, ਸੋਚ ਬਦਲ ਰਹੀ ਹੈ ਹੁਣ। ਪਰ ਪੇਰੈਂਟਸ ਜਿਹੜੇ ਹੁੰਦੇ ਨੇ, ਮਾਪੇ ਹੁੰਦੇ ਨੇ, ਉਹਨਾਂ ਦੀ ਇੱਕ ਆਪਦੀ ਬੱਚਿਆਂ ਪ੍ਰਤੀ ਉਹਨਾਂ ਦਾ ਪਿਆਰ ਹੁੰਦਾ, ਉਹ ਤੁਹਾਨੂੰ ਸਿਕਿਉਰ ਕਰਨਾ ਚਾਹੁੰਦੇ ਆ। ਤੁਹਾਨੂੰ ਲੱਗਦਾ ਕਿ ਇਸ ਚੀਜ਼ ਨੂੰ ਅਸੀਂ ਕਈ ਵਾਰ ਜੋੜ ਦਿੰਦੇ ਕਿ ਸਾਡੇ ਮਾਪੇ ਪੁਰਾਣੀ ਸੋਚ ਦੇ ਮਾਲਕ ਹੈ, ਜੇ ਸਾਨੂੰ ਕੱਪੜੇ ਪਾਉਣ ਤੋਂ ਜਾਂ ਚੀਜ਼ਾਂ ਤੋਂ ਰੋਕਦੇ ਆ, ਤੁਹਾਨੂੰ ਲੱਗਦਾ ਕਿ ਉਹ ਮਾਪਿਆਂ ਦੀ ਇੱਕ ਇਨਸਿਕਿਉਰਟੀ ਹੈ ਕਿਉਂਕਿ ਉਹ ਸੁਸਾਇਟੀ 'ਤੇ ਭਰੋਸਾ ਨਹੀਂ ਕਰ ਸਕਦੇ ਆਪਣੇ ਬੱਚਿਆਂ ਨੂੰ? ਬਿਲਕੁਲ ਬਿਲਕੁਲ ਸਹੀ ਹੈ ਕਿ ਪੇਰੈਂਟਸ ਦਾ ਜਿਹੜਾ ਪਿਆਰ ਹੈ, ਮਾਪਿਆਂ ਦਾ ਪਿਆਰ, ਉਹ ਆਪਦੀ ਜਗ੍ਹਾ, ਪਰ ਉਹਨਾਂ ਦੇ ਜਿਹੜੇ ਮਤਲਬ ਸੁਸਾਇਟੀ ਵੱਲੋਂ ਜਿਵੇਂ ਇਨਫਲੂਐਂਸ ਹੋ ਜਾਂਦੇ, ਉਹਨਾਂ ਦੀ ਸੋਚ ਉਹ ਨਹੀਂ ਵੀ ਕਿਸੇ ਨਾ ਕਿਤੇ ਜਾਂਦੇ, ਪਰ ਫਿਰ ਵੀ ਥੋੜ੍ਹਾ ਬਹੁਤ ਇਨਫਲੂਐਂਸ ਹੋ ਜਾਂਦੇ ਨੇ। ਬਾਹਰ ਘਟਨਾਵਾਂ ਹੁੰਦੀਆਂ ਨੇ ਉਹ ਦੇਖਦੇ ਨੇ, ਘਟਨਾਵਾਂ ਸੁਣ ਕੇ ਇੰਨੇ ਕੇਸਿਸ ਚੱਲ ਰਹੇ ਨੇ, ਉੱਤੋਂ ਇਹ ਦੇਖ ਰਹੇ ਨੇ ਵੀ ਕੋਈ ਉਹਨਾਂ ਕੇਸਿਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ, ਪੁਲਿਸ ਕੰਮ ਨਹੀਂ ਕਰ ਰਹੀ, ਸਰਕਾਰ ਕੰਮ ਨਹੀਂ ਕਰ ਰਹੀ, ਤੁਸੀਂ ਸੋਚਦੇ ਨੇ ਕਿ ਸਾਰੀ ਦੀ
जे रेप भी होंगे ना तो हले इन्नी छेती फांसी नहीं होंगी, तो फांसी मैनू नहीं लगता एक सही सज़ा भी हैगी। पहली गल तो हर केस फांसी नहीं होंगी, दूजी गल जो फांसी होंगी है तो फांसी एक सही चीज़ या सही सज़ा नहीं हैगी। जिन्ना दर्द उस कुड़ी नू होया ना, जे वही उस विक्ट उस कल्परेट नू होएगा ना, तो जाके उन्हें पता चलेगा, तो जाके एक खौफ साडे सारिआं दे जिन्हां दे दिमाग च इहो जिहीआं गल्लां ने उन्हां जाके बैठेगा कि हाँ जे असीं करांगे ना सानू भी भुगतना पएगा। उन्हां नू भी वो चीज़ फील होनी चाहिए है कि हाँ बई नहीं करांगे तो सानू उसी सजा मिलेगी, सजा मिलेगी ते ओ एहो जी सजा मिलेगी जे जिंदगी भर सोचेगा नहीं ओ चीज करन दा। ठीक है, तुसी की कहोगे गवर्नमेंट नू की करना चाहिदा कुड़ियां लई? प्रिकॉशंस दी गल करिए तां गवर्नमेंट ने बहुत प्रिकॉशंस दे चीज़ा भी लेके आया, जिमें इन्होंने दसिया कि दिल्ली विच बहुत महिला लई अलग इन्होंने प्रिकॉशंस लई चीज़ा रखी हुई हैं। पर एक होंदा डर बिठाना, जो क्राइम जिन्हें क्राइम करना वह किवें ना किवें करूगा, पर क्राइम करन तो बाद जो डर बिठाना है कि साढ़े नाल ये हो जाओ, हूँ हैलमेट तो आप देख रहे हैं कि हैलमेट नहीं पाते सीधा फाइन पै जाते हैं, तो एक डर बैठ गया। हूँ सारे ऑलमोस्ट बहुत काफ़ी लोग है हैलमेट पाना शुरू कर देंगे, उवें एक क्राइम होया डायरेक्ट इनकाउंटर करो, ये चीज़ा होर लॉज नू अमेंड करो, पनिशमेंट्स वधाओ ताकि अपने आप ये चीज़ा घट होने शुरू। ट्रायल होना चाहिए जो कोई गलत करता है। एक तुम मैं गल दसो कि जल्दी सज़ा की भी गल हों, थोड़ा लगता है कि सोसायटी के माइंड सैट है जो खास तौर पर मुंडिया नू लैके बनया होया जां मुंडिया दा बनया होया है उन्हूं भी बदलना चाहिए, उहदे उत्ते काम करन दी लोड़ है कि उन्हां नू समझाया जाए कि कुड़ियां तुहाडे बराबर ने, उन्हां दे बारे तुसीं किस तरीके सोचना, किस तरीके का व्यवहार उन्हां नाल करना है। मन लगता मुंडिया का जो माइंड सैट है वह इस दुनिया सिर्फ उन्होंने पेरेंट्स ही बदल सकते हैं, क्योंकि बचपन तो इन्हू सिखाया जाएगा कि तू इज्जत कर कुड़िया की। पहला तो पहले मुंडे सिखा देंगे कि तेरी छोटी भैन है, इस इसका ध्यान रख, इसनों प्रोटेक्ट कर, इनू बचा अगर इसमें कुछ गलत होता है। उसनों अगर पहले ही समझा दिया जाए कि ये नाल चलना है, तू इन लड़न का मौका देना है, वह सिखाते ही नहीं कोई। हमेशा मुंडे का एक लैवल उपर रहा है कि अगर कल नहीं जाना तो मुंडा नाल जाएगा, ये नहीं करना वो नहीं करना, तो पहले ही मुंडे को पता होता है कि मैं ही संभालना है इसनों, तो ओबियसली अपने अखा के थले देख लग जाता है कि मैं ही संभालांगा वरना इनू कौन संभालेगा। वो ही अगर पेरेंट्स चेंज कर दें बचपन तो ही सिखा तो उन्हें कभी सोचना ही नहीं है सब चीज़ा। मैं लगता जो मापे जो ने मुंडिया ज़्यादा ही खुली छूट दे के रखते हैं, जिमें कि हूँ जायदाद की गल कर दी जाए तो हाले भी कुड़ियों नहीं दी जाती जो कि मुंडिया दी जाती है। मुंडिया कोई कपड़िया की रोक टोक नहीं, कोई खाण पीन की रोक टोक नहीं, कोई जान की कल जाने की रोक टोक नहीं है। तो जिमें मेरी साथी ने कहा इज्जत की गल मापे कर सकते हैं, पर कितना ना कि मुंडे की आपकी जिम्मेवारी भी बनती है कि वह समझे भी वो घर वो माँ है, वो भैन है, ठीक है, वह भी सोचेगा भी अगे वो भी घरवाली आएगी, तो वो जो व्यवहार नहीं होना चाहिए। तो आप भी सोचे भी वो कि कोई होर कुड़ी भी किसी की धी है, किसी की सहेली है, वो भी ये सब नहीं होना चाहिए। तो मुंडे तो समझनिया चाहिए ने कि कल तुम्हें भी जिंदगी उन्होंने चीज़ों का सामना करना है। तो फिलहाल अभी एक छोटे जे ब्रेक लिए रुक रहे हैं, ब्रेक तो बाद कुछ होर नौजवानों गल करा तो जानने की कोशिश करा कि मौजूदा दौर औरतों की हालत को किस तरीके समझते हैं। एक छोटे जिहे ब्रेक लिए रुकांगे, ब्रेक तो बाद पंजाब बोलता दे विच तुहाडा स्वागत है जी। गल असीं औरतों की हालत को लैके कर रहे हैं कि महिला दिवस जिथे दुनिया भर के मनाया जा रहा है उत्थे ही देश दे विच पंजाब दे विच औरतों की हालत किन्नी सुधरी है, किन्ने उन्होंने मौके मिल रहे हैं, तो जो मुश्किल पुराने दौर दे विच वो सामना कर दिया सी उन्हां मुश्किलों दे विच किन्नी कमी आई है, जिंदगी दे विच किन्ना सुधार होया है, मुंडियां दे बराबर जिहड़ी है उन्हां नूं जिंदगी जीण दा किन्ना मौका दिता जा रहा है। साडे नाल कुछ नौजवान मौजूद ने, पहले सैगमेंट दे विच असीं कुड़ियां नाल गल करी सी, कुछ नौजवान मुंडे साडे नाल मौजूद ने, उन्हां नाल गल करदे हां। अजी की नाम तुहाडा? प्रभजोत। प्रभजोत, तुसीं दसो कि औरतां दी साडे देश दे विच की हालत है, एक नौजवान होने के नाते तुसीं की देखदे हो सोसायटी विच? जो मैं देखदा कि जेड़े तो अर्बन एरियाज जिवें कि आप हूँ चंडीगढ़ च इत्थे तां कुड़ियां नू पूरी मिल रही है ऑपरचुनिटी, साडे देश च फाइनेंस मिनिस्टर भी इस टाइम एक फीमेल है, पर जेड़े रूरल एरियाज च उन्हां नू ओनी ऑपरचुनिटीज़ नहीं मिल रही हैं, तो जेड़ा सोसाइटी का माइंडसैट है हले भी वो पुराना कित ना कि है। हुण मन लो जे किसी के घर दूजी कुड़ी हुंदी है या तीजी कुड़ी हुंदी है तो लोग उन्हूं वधाई देने तो भी डरते हैं कि माँ प्यो नूं बुरा ना लग जाए, ऐ जे किसी के दूजा मुंडा या तीजा मुंडा होवे तो उत्थे पार्टी की जाती है। हले भी माइंडसैट चेंज करन दी बहुत लोड़ है। तो कुड़ियां दी सेफ्टी दी जे गल की जाए तो यह कुड़ियां का कसूर नहीं है कि जे वो सेफ नहीं फील करदियां, यह मुंडिया का कसूर है। हुण मन लो मेरी यूनिवर्सिटी है, जे मेरे नाल मेरियां दोस्त जा रही ने तो यह मेरी जिम्मेवारी है कि मैं उन्हां दी रिस्पोंसिबिलिटी रखा, उन्हां दा ध्यान रखा। एवें जे हर मुंडा इदा सोचेगा तो ऑटोमैटिकली साडा समाज कुड़ियां लई सेफ बन जाएगा। तुहानूं लगता है कि मुंडे जिहड़े ने उन्हां दा भी एक तरह का माइंडसैट इदा सोसाइटी दे विच पहलां तों बणिया होया है कि वह कुड़ियां नूं उस तरीके दे अपने बराबर जिहड़ा है वह थां नहीं दे पा रहे? बिल्कुल है,
ਮੁੰਡੇ ਹਮੇਸ਼ਾ ਆਪਣੇ ਆਪ ਨੂੰ ਕੁੜੀਆਂ ਤੋਂ ਇੱਕ ਲੈਵਲ ਸੁਪੀਰੀਅਰ ਸਮਝਦੇ ਆ, ਅਤੇ ਮੈਨੂੰ ਲੱਗਦਾ ਕਿ ਮੁੰਡਿਆਂ ਦੀ ਬਜਾਏ ਕੁੜੀਆਂ ਇੱਕ ਸਟੈਪ ਸੁਪੀਰੀਅਰ ਹੈ। ਅੱਜ ਕੀ ਹੈ ਕਿ ਕੁੜੀਆਂ ਘਰ ਵੀ ਸੰਭਾਲ ਰਹੀਆਂ, ਆਪਣਾ ਨਾਲ ਬੱਚਾ ਵੀ ਸੰਭਾਲ ਰਹੀਆਂ, ਅਤੇ ਨਾਲ ਜੋਬ ਵੀ ਕਰ ਰਹੀਆਂ, ਜਿੱਥੇ ਇੱਕ ਮੁੰਡਾ ਸਿਰਫ ਪੈਸੇ ਕਮਾ ਰਿਹਾ। ਤੋ ਮੈਨੂੰ ਲੱਗਦਾ ਕਿ ਕੁੜੀਆਂ ਸੁਪੀਰੀਅਰ ਹੈ, ਸਾਨੂੰ ਮਾਇੰਡ ਚੇਂਜ ਕਰਨ ਦੀ ਲੋੜ ਹੈ। ਅੱਛਾ, ਤੁਹਾਨੂੰ ਤੁਹਾਡਾ ਕੀ ਨਾਮ ਜੀ? ਪ੍ਰਭਸਿਮਰਨ ਸਿੰਘ। ਤੁਸੀਂ ਦੱਸੋ ਕਿ ਕੀ ਸੁਸਾਇਟੀ 'ਚ ਅੱਜ ਮੁੰਡੇ ਕੁੜੀਆਂ ਬਰਾਬਰ ਹੈਗੇ? ਸਭ ਜੇ ਐਜੂਕੇਸ਼ਨ ਵਾਲੇ ਤਰੀਕੇ ਨੂੰ ਦੇਖ ਕੇ ਚੱਲੀਏ ਤਾਂ ਕਿੱਥੇ ਨਾ ਕਿੱਥੇ ਦੋਨਾਂ ਨੂੰ ਇਕੁਅਲ ਸਮਝਿਆ ਜਾ ਰਿਹਾ, ਪਰ ਜੇਕਰ ਪਿਛੜੇ ਹੋਏ ਇਲਾਕਿਆਂ ਵਿੱਚ ਘਰ ਜਾਂਦੇ ਹਾਂ ਤਾਂ ਉੱਥੇ ਸਿਰਫ ਕੁੜੀਆਂ ਨੂੰ ਘਰ ਦੇ ਕੰਮ ਤੱਕ ਹੀ ਸੀਮਿਤ ਰੱਖਿਆ ਜਾ ਰਿਹਾ, ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ। ਹੁਣ ਕਈ ਵਾਰੀ ਅਸੀਂ ਗੱਲ ਕਰਦੇ ਪਿੰਡਾਂ ਦੇ ਵਿਚਕਾਰ ਤਾਂ ਪਿੰਡਾਂ ਦੇ ਵਿਚਕਾਰ ਜਿਹੜੇ ਸਕੂਲ ਹੈ ਉੱਥੇ ਤੁਸੀਂ ਕੁੜੀਆਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਘੱਟ ਦੇਖੋਗੇ, ਪਰ ਜਦਕਿ ਜਿਹੜੇ ਸ਼ਹਿਰ ਦੇ ਸਕੂਲ ਹੈ ਉਰੇ ਕਈ ਐਸੇ ਨੇ ਵੀ ਜੇ ਮੁੰਡੇ ਨਹੀਂ ਪੜ੍ਹ ਰਹੇ ਤਾਂ ਉਹਨਾਂ ਨੂੰ ਹਟਾਇਆ ਜਾਂਦਾ, ਪਰ ਜ਼ਿਆਦਾਤਰ ਤਾਂ ਕੁੜੀਆਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਸਕੂਲਾਂ ਦੇ ਵਿੱਚ ਵੀ। ਤੁਹਾਨੂੰ ਕੀ ਲੱਗਦਾ ਵੀ ਜਿਹੜੇ ਪੇਂਡੂ ਇਲਾਕੇ ਨੇ ਉੱਥੇ ਤੁਹਾਨੂੰ ਕੀ ਕੁਝ ਕਾਰਨ ਨਜ਼ਰ ਆਉਂਦੇ ਨੇ ਕਿ ਉੱਥੇ ਕਿਉਂ ਗਿਣਤੀ ਘੱਟ ਜਾਂਦੀ ਹੈ ਜਾਂ ਸ਼ਹਿਰੀ ਇਲਾਕਿਆਂ 'ਚ ਜ਼ਿਆਦਾ ਕੀ ਹੁੰਦੀ ਹੈ? ਜਿਹੜੇ ਪੜ੍ਹੇ ਲਿਖੇ ਲੋਕ ਨੇ ਉੱਥੇ ਘੱਟ ਹੈ, ਅਤੇ ਇਸ ਕਰਕੇ ਉਹਨਾਂ ਨੂੰ ਵੀ ਸਟੱਡੀ ਦੀ ਵੈਲਿਊ ਨਹੀਂ ਪਤਾ ਪਹਿਲੀ ਗੱਲ 'ਤੇ, ਵੀ ਜੇ ਉਹਨਾਂ ਨੂੰ ਐਜੂਕੇਸ਼ਨ ਦਾ ਮੌਕਾ ਦਿੱਤਾ ਜਾਏਗਾ ਤਾਂ ਅੱਗੇ ਵਧਣਗੀਆਂ। ਲੱਗਦਾ ਕਿ ਉੱਥੇ ਲੋਕਾਂ ਦੀ ਕਈ ਵਾਰੀ ਆਰਥਿਕ ਹਾਲਤ ਵੀ ਇੰਨੀ ਚੰਗੀ ਨਹੀਂ ਹੁੰਦੀ ਮਾਪਿਆਂ ਦੀ, ਉਹ ਸਿਰਫ ਇੰਨਾ ਸੋਚਦੇ ਕਿ ਕੁੜੀ ਨੂੰ 10ਵੀਂ ਪਲੱਸ ਟੂ ਕਰਾਓ ਅਤੇ ਉਹ ਤੋਂ ਬਾਅਦ ਤੁਸੀਂ ਵਿਆਹ ਕਰਾ ਦਿਉ। ਨਹੀਂ, ਇੱਦਾਂ ਸੋਚਿਆ ਜਾਂਦਾ ਕਿਉਂਕਿ ਉਹੀ ਤਾਂ ਗੱਲ ਆ ਜਾਂਦੀ ਵੀ ਉਹਨਾਂ ਨੂੰ ਐਜੂਕੇਸ਼ਨ ਦੀ ਵੈਲਿਊ ਨਹੀਂ ਪਤਾ, ਜੇ ਇੱਕ ਵਧੀਆ ਪੜ੍ਹੇਗੀ ਤਾਂ ਉਹਨੂੰ ਵਧੀਆ ਘਰ ਵੀ ਮਿਲੇਗਾ। ਸੋਸਾਇਟੀ 'ਚ ਕੁੜੀਆਂ ਸੁਰੱਖਿਅਤ ਹੈਗੀਆਂ? ਸੁਰੱਖਿਅਤ ਕਿੱਥੇ ਹੈਗੀਆਂ ਵੀ ਨੇ ਕਿੱਥੇ ਨਹੀਂ ਵੀ ਹੈ, ਜੇ ਹੁਣ ਅਸੀਂ ਕੋਈ ਵਧੀਆ ਜਗ੍ਹਾ ਦੀ ਗੱਲ ਕਰਦੇ ਹਾਂ ਜੇ ਉੱਥੇ ਐਜੂਕੇਸ਼ਨ ਹੈਗੀ, ਜਿਵੇਂ ਸਾਡੇ ਛੋਟੇ ਸ਼ਹਿਰ ਹੈ ਪਟਿਆਲਾ ਹੋ ਗਿਆ, ਇਹੋ ਜਿਹੀ ਜਗ੍ਹਾ ਉੱਥੇ ਤੁਹਾਨੂੰ ਘੱਟ ਮਿਲਣਗੇ ਕੇਸ। ਹੋਰ ਜੇ ਗੱਲ ਚੱਲੇ ਜੀ ਚੰਡੀਗੜ੍ਹ ਵਾਲੇ ਪਾਸੇ ਜਾਂ ਕੋਈ ਕੈਪੀਟਲਸ ਨੇ ਜਿਹੜੀਆਂ ਸਾਡੀਆਂ, ਬੰਬੇ ਹੋ ਗਿਆ, ਦਿੱਲੀ ਹੋ ਗਿਆ, ਉਰੇ ਬਹੁਤ ਜ਼ਿਆਦਾ ਕੇਸ ਤੁਹਾਨੂੰ ਮਿਲਣ ਦੇਖਣ ਨੂੰ ਮਿਲਣਗੇ, ਜਿਹੜੇ ਰੇਪ ਹੋ ਗਏ ਜਾਂ ਛੇੜਖਾਨੀ ਵਾਲੇ ਰੇਪ ਜਿਹੜੇ ਕੇਸ ਹੋ ਜਾਂਦੇ ਨੇ ਉਹ ਹੈ। ਤੁਹਾਨੂੰ ਲੱਗਦਾ ਕਿ ਅੱਜ ਵੀ ਉਹਨਾਂ ਫਿਲਮਾਂ ਦੇ ਵਿੱਚ ਕੁੜੀਆਂ ਨੂੰ ਜਿਹੜਾ ਹੈ ਉਹ ਇੱਕ ਮਤਲਬ ਉਸ ਅੰਦਾਜ਼ ਵਿੱਚ ਪੇਸ਼ ਕੀਤਾ ਜਾਂਦਾ ਹੈ ਕਿ ਤੁਸੀਂ ਸਿਰਫ ਵੀ ਤੁਸੀਂ ਉਸ ਸੋਸਾਇਟੀ ਦਾ ਪ੍ਰੋਪਰ ਹਿੱਸਾ ਨਹੀਂ ਹੈਗੇ, ਤੁਸੀਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਇੱਕ ਪ੍ਰੋਡਕਟ ਦੇ ਤੌਰ ਦੇ ਉੱਤੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਦੇ ਵਿੱਚ? ਬਿਲਕੁਲ, ਬਹੁਤ ਜੇ ਬਹੁਤ ਗਾਣੇ ਇੱਦਾਂ ਦੇ ਜਿਹਦੇ 'ਚ ਕੁੜੀਆਂ ਨੂੰ ਸਿਰਫ ਸੈਕਸ਼ੂਅਲ ਓਬਜੈਕਟ ਹੈ ਇੱਦਾਂ ਦੇ ਕਰਕੇ ਦੇਖਿਆ ਜਾਂਦਾ, ਜਿਵੇਂ ਕਿ ਕੁੜੀਆਂ ਆਪ ਹੀ ਇੱਦਾਂ ਦੇ ਗਾਣੇ ਗਾਉਂਦੀਆਂ ਕਿ ਬੁਲਟ ਦਾ ਰੱਖਿਆ ਪਟਾਕੇ ਪਾਉਣ ਨੂੰ, ਇਹ ਗਾਣੇ ਹੀ ਸਾਡੀ ਸੋਸਾਇਟੀ ਦਾ ਟ੍ਰੈਂਡ ਸੈੱਟ ਕਰਦੇ ਹੈ। ਹੁਣ ਇਹ ਗਾਣੇ ਆਉਣ ਤੋਂ ਬਾਅਦ ਮੁੰਡੇ ਕਾਲਜਾਂ ਦੇ ਬਾਹਰ ਜਾ ਕੇ ਪਟਾਕੇ ਮਾਰ ਰਹੇ ਆ ਬੁਲਟ ਨਾਲ, ਅਤੇ ਮੈਨੂੰ ਲੱਗਦਾ ਜਿਹੜੇ ਲਿਖਾਰੀ ਹੈ ਜਿਹੜੇ ਗਾਇਕ ਹੈ ਉਹਨਾਂ ਨੂੰ ਸੋਚ ਸਮਝ ਕੇ ਆਪਣਾ ਗੀਤ ਜਾਂ ਆਪਣੀਆਂ ਫਿਲਮਾਂ ਕੱਢਣੀਆਂ ਚਾਹੀਦੀਆਂ ਕਿ ਉਹਦਾ ਸੋਸਾਇਟੀ ਦੇ ਬਹੁਤ ਵੱਡਾ ਪ੍ਰਭਾਵ ਪੈਂਦਾ। ਭਾਅ ਜੀ ਤੁਹਾਡਾ ਕੀ ਨਾਮ ਹੈ? ਸਹਿਜ। ਸਹਿਜ, ਤੁਸੀਂ ਦੱਸੋ ਕਿ ਤੁਸੀਂ ਸਾਡੀ ਸੋਸਾਇਟੀ ਦੇ ਵਿੱਚ ਜਿਹੜੀਆਂ ਔਰਤਾਂ ਨੇ ਕੁੜੀਆਂ ਨੇ ਉਹਨਾਂ ਦੀ ਕੀ ਹਾਲਤ ਦੇਖਦੇ? ਤੁਹਾਨੂੰ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਬਿਹਤਰ ਹੋਈ ਹੈ? ਬਹੁਤ ਬਿਹਤਰ ਹੋਈ ਹੈ ਮੇਰੇ ਵੱਲੋਂ, ਕਿਉਂਕਿ ਮੈਂ ਦੱਸ ਸਕਦਾ ਕਿ ਅਗਰ ਜਿਕਰ ਅਗਰ ਸਾਡੀ ਮਾਸਲਾਲ ਜੀ ਦੇਖੀ ਜਾਏ ਤਾਂ ਪਹਿਲਾਂ ਕੁੜੀਆਂ ਨੂੰ ਪਿੱਛੇ ਰੱਖਿਆ ਜਾਂਦਾ ਸੀ, ਹੁਣ ਜੇਕਰ ਤੁਸੀਂ ਵੇਖੋ ਤਾਨਿਆ ਸ਼ੇਰਗਿੱਲ ਉਹ ਪਹਿਲੀ ਕੁੜੀ ਬਣੀ ਜਿਹਨੇ ਕਿ ਲੀਡ ਕੀਤੀ ਹੈ ਰੈਜੀਮੈਂਟ, ਠੀਕ ਹੈ, ਜਿਹਨਾਂ ਸੀਤਾ ਰਮਨ ਉਹ ਕਿੰਨੀ ਅੱਗੇ ਵਧਦੀ ਪਈ ਨੇ, ਅਤੇ ਮੇਰੇ ਵੱਲੋਂ ਜੇ ਕੁੜੀਆਂ ਅੱਗੇ ਵਧਦੀਆਂ ਪਈਆਂ ਨੇ ਅਤੇ ਉਹਨਾਂ ਨੂੰ ਵਧਣਾ ਵੀ ਚਾਹੀਦਾ। ਉਹਨਾਂ ਦੀ ਸੁਰੱਖਿਆ ਲੈ ਕੇ ਕੀ ਮੰਨਦੇ ਹੋ ਕਿ ਸੋਸਾਇਟੀ 'ਚ ਸਿਕਿਓਰ ਹੈਗੀਆਂ ਨੇ ਕੁੜੀਆਂ? ਕੁੜੀਆਂ ਸਿਕਿਓਰ ਹੈਗੀਆਂ ਨੇ ਅਤੇ ਸਿਕਿਉਰਿਟੀ ਵੀ ਉਹਨਾਂ ਦੀ ਵੱਧ ਹੈ, ਬਟ ਜੇਕਰ ਤੁਸੀਂ ਜਾਣਦੇ ਹੋ ਐਪ ਬਣੀ ਹੈ, ਇੱਕ ਪਰਟੀਕੁਲਰ ਨੰਬਰ ਬਣਿਆ ਕਿ ਉਹ ਕਾਲ ਕਰ ਦੇਖ ਸਕਦੀਆਂ ਨੇ ਇਫ ਅਗਰ ਉਹ ਫਸ ਜਾਣ ਤਾਂ, ਠੀਕ ਹੈ, ਬਟ ਹਾਂ ਉਹਨੇ ਵੀ ਰੇਪਸ ਹੁੰਦੇ ਪਏ ਨੇ, ਬਟ ਹਾਂ ਉਹਨਾਂ ਵੀ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਪਈ ਹੈ, ਬਟ ਹਾਂ ਇੰਡੀਆ ਜੇ ਕੰਟਰੀ ਸੀ ਪਹਿਲਾਂ, ਹੁਣ ਅਗਰ ਵੇਖੀ ਜਾਏ ਤਾਂ ਬੜੀ ਇੰਪਰੂਵ ਹੁੰਦੀ ਪਈ ਹੈ। ਅੱਛਾ, ਤੁਹਾਨੂੰ ਤੁਸੀਂ ਪਿੱਛੇ ਜੇ ਇੱਕ ਸਟੱਡੀ ਆਈ ਸੀ, ਉਸ ਸਟੱਡੀ 'ਚ ਕਿਹਾ ਗਿਆ ਕਿ ਔਰਤਾਂ ਹਿੰਦੁਸਤਾਨ 'ਚ ਮਤਲਬ ਉਨੀਆਂ ਸੁਰੱਖਿਅਤ ਨਹੀਂ ਹੈਗੀਆਂ, ਵੀ ਉਹਨਾਂ ਦੀ ਹਾਲਤ ਕਾਫੀ ਮਾੜੀ ਹੈ, ਮਤਲਬ ਇੱਕ ਤਾਂ ਜ਼ਿਕਰ ਇਹ ਵੀ ਸੀਗਾ ਕਿ ਸੀਰੀਆ ਵਰਗੇ ਮੁਲਕਾਂ ਨਾਲੋਂ ਵੀ ਮਾੜੀ ਹਾਲਤ ਆ ਉਰੇ, ਉਹਦੇ ਬਾਰੇ ਕੀ ਕਹੋਗੇ? ਅਗਰ ਇਹ ਗੱਲ ਕਰਦੇ ਹਾਂ ਸੀਰੀਆ ਵਰਗੇ ਮੁਲਕਾਂ ਵੱਲ, ਤਾਂ ਉੱਧਰੋਂ ਬੜੀ ਚੰਗੀ ਹਾਲਤ ਹੈ ਸਾਡੀ ਕਿ ਉੱਧਰ ਦੀ ਵੁਮੈਨਸ ਨੂੰ ਤਾਂ ਬੁਰਖਾ ਪਹਿਨਾ ਕੇ ਚੱਲਦਾ, ਬਟ ਸਾਡੀ ਵੁਮੈਨਸ ਕੋਈ ਵੀ ਕੱਪੜੇ ਪਹਿਨ ਸਕਦੀਆਂ ਨੇ, ਕੁਛ ਵੀ ਪਹਿਨ ਸਕ ਕੁਛ ਵੀ ਚੱਲ ਸਕਦੀਆਂ ਨੇ, ਬਟ ਅਗਰ ਸਾਡੇ ਕੰਟਰੀ ਦੀ ਗੱਲ ਕੀਤੀ ਜਾਏ, ਇੰਡੀਆ ਦੀ ਗੱਲ ਕੀਤੀ ਜਾਏ, ਤਾਂ ਵੁਮੈਨਸ ਜੇਕਰ ਤੁਸੀਂ ਪਿਕਚਰਾਂ 'ਚ ਦੇਖਦੇ ਹੋ ਹੁਣ ਪੂਰੀ ਪੂਰੀ ਪਿਕਚਰਾਂ ਬਣਦੀ ਪਈਆਂ ਨੇ, ਆਟੋਬਾਇਓਗ੍ਰਾਫੀ ਬਣਦੀ ਪਈ ਹੈ ਵੁਮੈਨ ਉੱਤੇ, ਠੀਕ ਹੈ, ਤਾਂ ਕਿ ਲੋਕ ਨੂੰ ਲੋਕ ਇੰਸਪਾਇਰ ਹੋਵੇ ਉੱਧਰ ਵੇਖ ਕੇ, ਠੀਕ ਹੈ, ਅਤੇ ਉਹ ਜਦ ਵੇਖਾਂਗੇ ਲੋਕ ਤਾਂ ਇੰਸਪਾਇਰ ਹੋਣਗੇ ਤਾਂ ਉਹਨਾਂ ਨੂੰ ਰਿਸਪੈਕਟ ਦਾਂਗੇ, ਲਾਈਕ ਮੈਰੀ ਕੌਮ ਯੂ ਕੈਨ ਟਾਕ ਅਬਾਊਟ, ਠੀਕ ਹੈ, 6 ਟਾਈਮ ਵਰਲਡ ਚੈਂਪੀਅਨ, 8 ਟਾਈਮ ਵਰਲਡ ਚੈਂਪੀਅਨ ਉਹ ਬਣੀ, ਉੱਧਰ ਇੰਸਪਾਇਰ ਹੋਏ ਅਤੇ ਆਪਣੀ ਕੁੜੀਆਂ ਭੇਜਦੇ ਪਏ ਨੇ ਲੋਕ ਕਿ ਤੁਸੀਂ ਸਿੱਖੋ ਬਾਕਸਿੰਗ ਜਾ ਕੇ, ਤੁਸੀਂ ਵੀ ਅੱਗੇ ਵਧੋ। ਚੇਂਜ ਆ ਰਿਹਾ ਸੋਸਾਇਟੀ? ਭਾਅ ਜੀ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਪਾਰਥ। ਤੁਸੀਂ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਸੋਸਾਇਟੀ ਦੇ ਵਿੱਚ ਕੁੜੀਆਂ ਦੀ ਔਰਤਾਂ ਦੀ ਹਾਲਤ ਕਿਸ ਤਰੀਕੇ ਦੀ ਵੇਖਦੇ ਹੋ? ਔਰਤਾਂ ਹਾਲੇ ਤਾਂ ਸੋਸਾਇਟੀ 'ਚ ਪਹਿਲੇ ਜਿਵੇਂ ਕਹਿੰਦੇ ਨੇ ਸਾਰੇ ਕਿ ਔਰਤਾਂ ਨੂੰ ਰਾਈਟ ਨਹੀਂ ਮਿਲਦੇ, ਐਵੇਂ ਔਰਤਾਂ ਨਾਲ ਗਲਤ ਕੰਮ ਹੁੰਦੇ ਆ, ਅਸੀਂ ਮੈਂ ਤਾਂ ਨਹੀਂ ਮੰਨਦਾ ਆਪਣੇ
ਸਾਡੀ ਮੈਂਟੈਲਿਟੀ ਕੀ ਹੈ ਉਹ ਫੇਸ ਕਰਦੀ ਆ, ਠੀਕ ਹੈ? ਜਿਵੇਂ ਅਸੀਂ ਵੀ ਛੋਟੇ ਕੱਪੜੇ ਪਾਉਂਦੇ ਹੋਏ ਛੋਟੇ ਕੱਪੜੇ ਪਾਉਂਦੇ ਹਾਂ, ਜੇਕਰ ਮੈਂਟੈਲਿਟੀ ਸਾਡੀ ਹੈ ਅਸੀਂ ਉਹਨਾਂ ਨੂੰ ਕਿਕਨ ਵੇਖਦੇ ਹਾਂ, ਲਾਈਕ ਉਹ ਬੁੱਲ 'ਚ ਪੈਂਦੀਆਂ ਨੇ, ਲਾਈਕ ਇੱਕ ਅਟਰੈਕਟਿਵ ਪਰਸਨੈਲਿਟੀ ਬਣਦੀ ਨੇ ਉਹ, ਠੀਕ ਹੈ? ਕਿ ਲੋਕ ਅਟਰੈਕਟ ਹੋਣ ਵੇਖ ਕੇ ਕਿ ਕੁੜੀ ਬੈਠੀ ਹੈ ਵਗੈਰਾ ਵਗੈਰਾ। ਲਾਈਕ ਪਹਿਲਾਂ ਤਾਂ ਲੋਕ ਕੀ ਕਰਦੇ ਸੀ, ਮਤਲਬ ਕੁੜੀਆਂ ਦਾ ਰੂਪ ਸੀ ਕਿ ਉਹ ਪ੍ਰੇਮੀ ਪ੍ਰੇਮਿਕਾ ਵਾਲਾ, ਹੁਣ ਕੀ ਹੈ ਜਿਵੇਂ ਵਿਜੀ ਨੇ ਕਿਹਾ ਕਿ ਸੈਕਸੁਅਲ ਤਰੀਕੇ ਨਾਲ ਦੇਖਦੇ ਹਾਂ, ਬਟ ਇੱਕ ਜਿਹਾ ਕੁਛ ਨਹੀਂ ਹੈਗਾ, ਠੀਕ ਹੈ? ਅਗਰ ਸਾਡੀ ਮੈਂਟੈਲਿਟੀ ਠੀਕ ਹੈ ਨਾ ਤਾਂ ਉਹ ਵੀਡੀਓ ਵੀ ਠੀਕ ਹੈ ਅਤੇ ਉਹ ਗਾਣਾ ਵੀ ਠੀਕ ਹੈ। ਹੋਰ ਹੀ ਮੁੰਡਿਆਂ ਦੀ ਠੀਕ ਹੋਣ, ਮੁੰਡਿਆਂ ਦੀ ਮੈਂਟੈਲਿਟੀ ਕੁੜੀਆਂ ਨੂੰ ਲੈ ਕੇ ਸੋਚ ਸੁਧਰ ਰਹੀ ਹੈ? ਬਿਲਕੁਲ, ਗੱਲ ਸਾਰੀ ਆ ਕੇ ਸੋਚ 'ਤੇ ਮੁੱਕਦੀ ਹੈ। ਜੇ ਸੋਚ ਚੰਗੀ ਹੈ ਤਾਂ ਡੈਫੀਨੇਟਲੀ ਕੰਮ ਵੀ ਚੰਗਾ ਹੋਏਗਾ, ਸਾਰੇ ਸਟੈਪ ਵੀ ਚੰਗੇ ਲਏਗੇ। ਗੱਲ ਤਾਂ ਸੋਚ ਦੀ ਹੈ, ਸੋਚ ਦੇ ਵਿੱਚ ਮੇਰੇ ਦੇਖਣ ਦੇ ਵਿੱਚ ਸਭ ਤੋਂ ਇੰਪੋਰਟੈਂਟ ਸਟੈਪ ਆਪਣੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਜਿਹੜੇ ਘਰ ਦੇ ਵਿੱਚ ਚੰਗਾ ਮਾਹੌਲ ਹੈ, ਜਿਨ੍ਹਾਂ ਵਿੱਚ ਕੁੜੀਆਂ ਅਤੇ ਮੁੰਡਿਆਂ ਦੇ ਵਿੱਚ ਕੋਈ ਭੇਦ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਇੱਕੋ ਜਿਹੀ ਐਜੂਕੇਸ਼ਨ ਲੈਵਲ ਵੀ ਸੇਮ ਦਿੱਤਾ ਜਾਂਦਾ, ਬਿਲਕੁਲ ਵੀ ਹਾਂ ਜੇ ਮੇਰੇ ਮੁੰਡੇ ਨੇ ਪੀ ਐੱਚ ਡੀ ਕੀਤੀ ਤਾਂ ਮੈਂ ਕੁੜੀ ਨੂੰ ਵੀ ਪੀ ਐੱਚ ਡੀ ਕਰਾਊਂਗਾ। ਐਂ ਨਹੀਂ ਵੀ ਮੁੰਡੇ ਨੂੰ ਪੜ੍ਹਾ ਦਿੱਤਾ ਅਤੇ ਕੁੜੀ ਨੂੰ ਜ਼ਿਆਦਾ ਦਹੇਜ ਦੇ ਕੇ ਮੈਂ ਤਾਂ ਵਿਆਹ ਹੀ ਕਰਨਾ ਬਸ ਕੁੜੀ ਦਾ। ਗੱਲ ਸੋਚ 'ਤੇ ਮੁੱਕਦੀ, ਜੇ ਸੋਚ ਅੱਛੀ ਹੈ ਤਾਂ ਡੈਫੀਨੇਟਲੀ ਕੰਮ ਵੀ ਅੱਛਾ ਮਿਲਦਾ ਕੁੜੀਆਂ ਨੂੰ ਬਰਾਬਰ ਅੱਜ ਦੇ ਟਾਈਮ 'ਚ। ਬਿਲਕੁਲ, ਜਿਵੇਂ ਆਪਾਂ ਵੱਡੇ ਸ਼ਹਿਰਾਂ 'ਚ ਦੇਖੀਏ ਉੱਥੇ ਤਾਂ ਐਜੂਕੇਸ਼ਨ ਦੇ ਲਈ ਵੀ ਮੌਕਾ ਮਿਲਦਾ, ਕੁੜੀਆਂ ਐੱਮ ਬੀ ਬੀ ਐੱਸ ਕਰ ਰਹੀਆਂ, ਲੋਅ ਕਰ ਰਹੀਆਂ, ਡਾਕਟਰੀ ਹਰ ਚੀਜ਼ 'ਚ ਕਰ ਰਹੀਆਂ। ਉਹੀ ਹੈ ਕਿ ਰੂਰਲ ਏਰੀਆ 'ਚ ਹਲੇ ਵੀ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਤੁਹਾਡਾ ਕੀ ਨਾਮ ਹੈ? ਪ੍ਰਤੀਕ, ਤੁਸੀਂ ਦੱਸੋ ਕਿ ਕੁੜੀਆਂ ਦੀ ਕੰਡੀਸ਼ਨ ਨੂੰ ਦੇਸ਼ ਵਿੱਚ ਕਿਸ ਤਰੀਕੇ ਦੇਖਦੇ ਹੋ, ਕਿ ਔਰਤਾਂ ਸੁਰੱਖਿਅਤ ਨੇ ਦੇਸ਼ ਵਿੱਚ? ਭਾਅ ਜੀ, ਸੁਰੱਖਿਆ ਦੇ ਸਾਹਮਣੇ ਹਾਂ ਹੈਗੀ ਹੈ, ਥੋੜ੍ਹੀ ਜਿਹੀ ਹੈਗੀ ਹੈ, ਬਟ ਡੈਫੀਨੇਟਲੀ ਇੰਪਰੂਵ ਕਰ ਸਕਦੇ ਆਪਾਂ। ਬਟ ਅੱਜ ਦੇ ਸਮੇਂ 'ਚ ਆਈ ਫੀਲ ਲਾਈਕ ਕਿ ਜਿਹੜੀ ਜੋ ਕੁੜੀਆਂ ਨੇ ਉਹ ਸੈਲਫ ਇਤਨੀ ਇੰਪਾਵਰਡ ਨੇ ਕਿ ਉਹ ਆਪਣੇ ਡਿਸੀਜ਼ਨ ਖੁਦ ਲੈ ਸਕਦੀਆਂ। ਸੋ ਮੈਨੂੰ ਲੱਗਦਾ ਸੋਸਾਇਟੀ 'ਚ ਇੰਨਾ ਹੁਣ ਇੰਬੈਲੈਂਸ ਰਹਿ ਗਿਆ ਕੁੜੀ ਅਤੇ ਕੁੜੀ ਅਤੇ ਮੁੰਡੇ ਵਿੱਚ ਇੰਨਾ। ਅਤੇ ਜਿੱਤ ਰਹੀ ਤੁਸੀਂ ਸੁਰੱਖਿਆ ਦੀ ਗੱਲ ਕਰ ਰਹੇ ਸੀਗੇ, ਸਾਡੇ ਪਾਰਟ 'ਤੇ ਮੁੰਡਿਆਂ ਵਰਗੇ ਆਪਾਂ ਤਾਂ ਡੈਫੀਨੇਟਲੀ ਟਰਾਈ ਕਰਦੇ ਨੇ, ਲਾਈਕ ਇਫ ਮੈਨੂੰ ਕੋਈ ਕੁੜੀ ਮਿਲਦੀ ਆ ਰਾਤ 'ਚ ਮੈਂ ਤਾਂ ਡੈਫੀਨੇਟਲੀ ਹੈਲਪ ਕਰਦਾ ਨਾ। ਬਟ ਜਿਹੜਾ ਜਿਹਦਾ ਫਰਕ ਹੁੰਦਾ, ਬੰਦੇ ਬੰਦੇ ਦਾ ਫਰਕ ਹੁੰਦਾ, ਸੋਸਾਇਟੀ 'ਚ ਜੋ ਬਣਿਆ ਹੋਇਆ ਉਹਨੂੰ ਚੇਂਜ ਕਰਨ ਲਈ ਟਰਾਈ ਤਾਂ ਕਰਦੇ ਨੇ, ਬਟ ਹੁਣ ਤੁਹਾਨੂੰ ਓਵਰਆਲ ਲੱਗਦਾ ਕਿ ਠੀਕ ਹੈ, ਪਹਿਲਾਂ ਨਾਲੋਂ ਮੌਕੇ ਮਿਲ ਬੈਟਰ ਹੈ ਨਾ ਜ਼ਿੰਦਗੀ? ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕਰੀ ਹੈ ਜੀ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਦੁਬਾਰੇ ਤੋਂ ਰੁਕਾਂਗੇ ਜੀ, ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਦੌਰ ਦੇ ਵਿੱਚ ਔਰਤਾਂ ਦੀ ਕੁੜੀਆਂ ਦੀ ਹਾਲਤ ਨੂੰ ਲੈ ਕੇ ਸੋਸਾਇਟੀ ਦੇ ਵਿੱਚ ਉਹ ਕੀ ਸੋਚਦੇ ਨੇ, ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਸੁਧਾਰ ਆਇਆ ਹੈ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਪੰਜਾਬ ਬੋਲਦਾ ਜੀ ਤੁਹਾਡਾ ਸਵਾਗਤ ਹੈ ਜੀ। ਗੱਲ ਅਸੀਂ ਕਰ ਰਹੇ ਹਾਂ ਔਰਤਾਂ ਦੀ, ਦੁਨੀਆ ਭਰ ਦੇ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਮਹਿਲਾ ਦਿਵਸ ਨੂੰ ਮਨਾਉਣ ਦੇ ਇਵਜ਼ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸੋਸਾਇਟੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਔਰਤਾਂ ਦੀ ਹਾਲਤ ਵਿੱਚ ਕਿੰਨਾ ਕੁ ਸੁਧਾਰ ਹੋਇਆ ਹੈ, ਸਮਾਜ ਦੇ ਵਿੱਚ ਕਿੰਨੇ ਕੁ ਮੌਕੇ ਮਿਲ ਰਹੇ ਨੇ ਉਹਨਾਂ ਨੂੰ, ਪੜ੍ਹਾਈ ਦਾ ਖੇਤਰ ਹੋਵੇ, ਨੌਕਰੀ ਦਾ ਖੇਤਰ ਹੋਵੇ, ਇਸ ਬਾਰੇ ਅਸੀਂ ਨੌਜਵਾਨਾਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਅਤੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਔਰਤਾਂ ਦੀ ਜ਼ਿੰਦਗੀ ਦੇ ਵਿੱਚ ਉਹ ਕਿੰਨਾ ਕੁ ਸੁਧਾਰ ਵੇਖ ਰਹੇ ਨੇ। ਕੀ ਨਾਮ ਹੈ ਤੁਹਾਡਾ? ਸੰਜੋਤ ਕੌਰ। ਸੰਜੋਤ, ਤੁਸੀਂ ਦੱਸੋ ਕਿ ਕਿੰਨੀ ਕੁ ਬਿਹਤਰ ਹੋਈ ਹੈ ਔਰਤਾਂ ਦੀ ਜ਼ਿੰਦਗੀ ਅੱਜ ਦੇ ਟਾਈਮ ਦੇ ਵਿੱਚ? ਆਈ ਥਿੰਕ ਕਾਫੀ ਫਰਕ ਪਿਆ ਪਹਿਲੇ ਨਾਲੋਂ। ਪਹਿਲੇ ਜ਼ਿਆਦਾ ਵਰਕ ਪਲੇਸਿਸ ਵਿੱਚ ਵੀ ਔਰਤਾਂ ਨਹੀਂ ਦੇਖੀਆਂ ਜਾਂਦੀਆਂ ਸੀ, ਲੇਕਿਨ ਹੁਣ ਆਈ ਥਿੰਕ ਜਿਹੜਾ ਨੰਬਰ ਹੈ ਉਹ ਮੇਲ ਜਿਹੜੇ ਕਿਸੇ ਵੀ ਸਫੇਅਰ 'ਚ ਲੈ ਲਓ, ਟੀਚਿੰਗ ਹੈ ਜਾਂ ਕਾਰਪੋਰੇਟ ਵਰਕ ਪਲੇਸ ਹੈ, ਸਾਰੀ ਜਗ੍ਹਾ ਆਲਮੋਸਟ ਇਕੁਅਲ ਨੰਬਰ ਹੀ ਹੈ ਵਿਮੈਨ ਅਤੇ ਮੈਨ ਦਾ। ਵੈਸੇ ਸੁਰੱਖਿਆ ਦੇ ਲਿਹਾਜ਼ ਨਾਲ ਤੁਹਾਨੂੰ ਲੱਗਦਾ ਕਿ ਸਮਾਜ ਜਿਹੜਾ ਹੈ ਸਾਡਾ ਸਿਕਿਓਰ ਹੈ, ਕੁੜੀਆਂ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਸਮਾਜ ਵਿੱਚ? ਉਸ ਐਸਪੈਕਟ ਨਾਲ ਦੇਖਿਆ ਜਾਵੇ ਤਾਂ ਆਈ ਥਿੰਕ ਹਜੇ ਪਹਿਲੇ ਨਾਲੋਂ ਬੈਟਰ ਹੈ, ਬਟ ਸੁਰੱਖਿਆ ਇੰਨੀ ਵੀ ਨਹੀਂ ਵਧੀ, ਕਿਉਂਕਿ ਜੇ ਅਸੀਂ ਪਰਸਨਲ ਲੈਵਲ 'ਤੇ ਗੱਲ ਕਰੀਏ ਤਾਂ ਇੱਕ ਇੱਦਾਂ ਦਾ ਮਾਹੌਲ ਕ੍ਰੀਏਟ ਕਰਨਾ ਜ਼ਰੂਰੀ ਹੈ ਔਰਤਾਂ ਲਈ। ਹਜੇ ਵੀ ਜੇ ਉਹ ਰਾਤੀ 2 ਵਜੇ ਵੀ ਬਾਹਰ ਨਿਕਲ ਰਹੀਆਂ ਨੇ ਘਰੋਂ ਤਾਂ ਉਦੋਂ ਵੀ ਇੰਨਾ ਸੇਫ ਹੋਵੇ, ਉਸ ਤਰ੍ਹਾਂ ਦੀ ਸੁਰੱਖਿਆ ਸਾਨੂੰ ਚਾਹੀਦੀ ਹੈ ਹਜੇ। ਤੁਹਾਡਾ ਕੀ ਨਾਮ ਹੈ? ਪਰਮਿੰਦਰ ਕੌਰ। ਪਰਮਿੰਦਰ, ਤੁਸੀਂ ਦੱਸੋ ਕਿ ਰੋਕ ਟੋਕ ਹੈ ਕੁੜੀਆਂ ਨੂੰ ਅੱਜ ਦੇ ਟਾਈਮ 'ਚ, ਤੁਹਾਨੂੰ ਲੱਗਦਾ ਕਿ ਨਹੀਂ ਹੁਣ ਕੋਈ ਰੋਕ ਟੋਕ ਨਹੀਂ ਹੁੰਦੀ? ਦੇਖੋ, ਰੋਕ ਟੋਕ ਤਾਂ ਹਲੇ ਵੀ ਹੈਗੀ ਹੈ, ਕੁਛ ਲਿਮਿਟ ਤੱਕ ਹੋਣੀ ਚਾਹੀਦੀ ਵੀ ਹੈਗੀ ਜਿਸ ਹਿਸਾਬ ਦੇ ਹਾਲਾਤ ਨੇ। ਬਟ ਇੱਕ ਜਿਹੜੀ ਸੁਸਾਇਟਲ ਜਿਹੜੀ ਰੋਕ ਟੋਕ ਹੈ ਉਹ ਇੱਕ ਅਲੱਗ ਲੈਵਲ ਦੀ ਹੈ, ਉਹਨੂੰ ਮਤਲਬ ਜਿਵੇਂ ਕਿ ਔਰਤਾਂ ਨੂੰ ਆਪਣੇ ਡਿਸੀਜਨਸ ਨਾ ਲੈਣ ਦੇਣ ਦੀ ਰੋਕ ਟੋਕ ਹੁੰਦੀ ਹੈ, ਪੜ੍ਹਨ ਨਾ ਦੇਣ ਦੀ ਰੋਕ ਟੋਕ ਹੁੰਦੀ ਹੈ, ਜਾਂ ਫਿਰ ਆਪਣੀ ਲਾਈਫ ਦੇ ਡਿਸੀਜਨ ਜਿਹੜੇ ਹੁੰਦੇ ਉਹ ਅਸੀਂ ਆਪ ਨਹੀਂ ਲੈ ਸਕਦੇ ਕਦੀ, ਅਤੇ ਉਹ ਰੋਕ ਟੋਕ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਮੇਰੇ ਅਕੋਰਡਿੰਗਲੀ। ਤੁਹਾਨੂੰ ਕੀ ਲੱਗਦਾ ਕਿ ਇੱਕ ਬੜੀ ਮੇਨ ਗੱਲ ਤੁਸੀਂ ਕਹੀ ਹੈ ਕਿ ਇੱਕ ਤਾਂ ਜਿਹੜੀ ਭਰੂਣ ਹੱਤਿਆ ਹੁੰਦੀ ਹੈ ਉਹ ਸਾਡੀ ਸੋਸਾਇਟੀ ਦੇ ਵਿੱਚ, ਕਿੰਨੀ ਕੁ ਤੁਹਾਨੂੰ ਲੱਗਦਾ ਕਿ ਉਹ ਘਟੀ ਹੈ ਚੀਜ਼? ਇੱਕ ਦੂਜਾ, ਔਰਤਾਂ ਦੇ ਨਾਲ ਘਰੇਲੂ ਹਿੰਸਾ ਦੇ ਅਸੀਂ ਬਹੁਤ ਮਾਮਲੇ ਸੁਣਦੇ ਹਾਂ ਕਿ ਅੱਜ ਕੱਲ੍ਹ ਘਰੇਲੂ ਹਿੰਸਾ ਬੜੀ ਹੁੰਦੀ ਹੈ, ਉਹਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿ ਸੋਸਾਇਟੀ ਦੇ ਵਿੱਚ ਕਿਸ ਤਰੀਕੇ ਦੀ ਸਥਿਤੀ ਹੈ? ਜੇ ਅਸੀਂ ਭਰੂਣ ਹੱਤਿਆ ਦੀ ਗੱਲ ਕਰੀਏ
ਥੋੜ੍ਹਾ ਆਇਆ ਹੈ ਚੇਂਜ, ਅਤੇ ਹੁਣ ਕੁੜੀਆਂ ਜੰਮਣ 'ਤੇ ਵੀ ਓਨਾ ਹੀ ਖੁਸ਼ੀਆਂ ਮਨਾਈ ਜਾਂਦੀ ਹੈ ਜਿੰਨਾ ਮੁੰਡੇ ਹੋਣ 'ਤੇ। ਘਰੇਲੂ ਹਿੰਸਾ ਦੇ ਖਿਲਾਫ ਕੁੜੀਆਂ ਆਵਾਜ਼ ਚੁੱਕਦੀਆਂ? ਨਹੀਂ, ਇਹ ਹਜੇ ਥੋੜ੍ਹਾ ਜਿਹਾ ਘੱਟ ਹੈ। ਘਰੇਲੂ ਹਿੰਸਾ ਵਿੱਚ ਹਜੇ ਵੀ ਉਹਨਾਂ ਨੂੰ ਲੱਗਦਾ ਕਿ ਜਿਹੜੀ ਘਰ ਦੀ ਗੱਲ ਹੈ ਘਰ ਵਿੱਚ ਹੀ ਰਹੇ, ਤਾਂ ਇੱਦਾਂ ਦਾ ਐਟੀਟਿਊਡ ਜਿਹੜਾ ਥਿੰਕਿੰਗ ਮਾਇੰਡ ਸੈੱਟ ਹੈ ਉਹ ਚੇਂਜ ਨਹੀਂ ਹੋਇਆ। ਲੇਕਿਨ ਮੂਵੀਜ਼ ਦੇ ਥਰੂ ਜਾਂ ਬਾਕੀ ਜੋ ਵੀ ਹੈ ਸਟਰੀਟ ਪਲੇਸ ਹੁੰਦੇ ਨੇ, ਕਾਫੀ ਅਵੇਅਰਨੈਸ ਦੇ ਪ੍ਰੋਗਰਾਮਸ ਆਉਂਦੇ ਨੇ, ਤਾਂ ਉਹਦੇ ਥਰੂ ਵੀ ਜਿਹੜਾ ਹੈ ਅਵੇਅਰਨੈਸ ਹੋ ਰਹੀ ਹੈ। ਜਿਵੇਂ ਥੱਪੜ ਮੂਵੀ ਆ ਰਹੀ ਹੈ ਉਹਦੇ ਵਿੱਚ ਇਹੀ ਦਿਖਾਇਆ ਗਿਆ ਕਿ ਸਭ ਕੁਝ ਜਾਇਜ਼ ਹੈ ਲੇਕਿਨ ਡੋਮੈਸਟਿਕ ਵਾਇਲੈਂਸ ਨਹੀਂ। ਤਾਂ ਇੱਦਾਂ ਅਵੇਅਰਨੈਸ ਹੈ ਲੇਕਿਨ ਹਜੇ ਵੀ ਕਾਫੀ ਬਾਹਰ ਔਰਤਾਂ ਆਵਾਜ਼ ਨਹੀਂ ਚੁੱਕਦੀਆਂ ਇਸ ਦੇ ਖਿਲਾਫ, ਕਿ ਨਹੀਂ ਆਵਾਜ਼ ਚੁੱਕਦੀਆਂ। ਔਰਤਾਂ ਨੂੰ ਡਰ ਰਹਿੰਦਾ ਹੈ ਕਿ ਸਾਡਾ ਘਰ ਨਾ ਟੁੱਟ ਜੇ, ਬਹੁਤ ਸਾਰੀਆਂ ਸਮਾਜ ਦਾ ਦਬਾਅ ਹੁੰਦਾ, ਉਹ ਇਹ ਗੱਲਾਂ ਨਹੀਂ ਕਰਦੀਆਂ। ਦੇਖੋ ਹਰ ਟਾਈਪ ਦੀ ਜਿਹੜੀ ਹੈ, ਹੁਣ ਔਰਤ ਵੀ ਇੱਕ ਤਰ੍ਹਾਂ ਦੀ ਨਹੀਂ ਹੈ, ਹਰ ਤਰੀਕੇ ਦੀ ਔਰਤ ਹੈ। ਕੁਛ ਹੈਗੀਆਂ ਜਿਹੜੀ ਆਵਾਜ਼ ਚੁੱਕਦੀਆਂ ਬਟ ਦੱਬੀ ਜਾਂਦੀ ਹੈ ਉਹਨਾਂ ਦੀ ਆਵਾਜ਼, ਘਰੋਂ ਦੱਬੀ ਜਾਂਦੀ ਹੈ, ਆਪਦੇ ਉਹਨਾਂ ਦੇ ਘਰੇ ਇਹ ਗੱਲ ਉਹਨਾਂ ਨੂੰ ਕਹੀ ਜਾਂਦੀ ਹੈ ਵੀ ਤੁਸੀਂ ਨਾ ਬੋਲੋ ਵੀ ਸਾਡਾ ਨਾਮ ਖਰਾਬ ਹੁੰਦਾ ਹੈ। ਅਤੇ ਕੁਛ ਇਹੋ ਜਿਹੀਆਂ ਨੇ ਜਿਹੜੀ, ਜਿਵੇਂ ਇਹਨੇ ਗੱਲ ਕੀਤੀ ਵੀ ਮੂਵੀ ਵਿੱਚ ਆਇਆ ਕਿ ਉਹਨਾਂ ਨੇ ਸਮਾਜ ਦੇ ਖਿਲਾਫ਼ ਜਾ ਕੇ, ਆਪਣੇ ਘਰਦਿਆਂ ਦੇ ਖਿਲਾਫ਼ ਜਾ ਕੇ ਉਹਨਾਂ ਨੇ ਅੱਗੇ ਗੱਲ ਕੀਤੀ ਹੈ, ਉਸ ਕੌਨਸੈਪਟ ਨੂੰ ਚੱਕਿਆ ਹੈ ਵੀ ਜੋ ਮਰਜ਼ੀ ਹੋਵੇ, ਜੋ ਗਲਤ ਹੈ ਗਲਤ ਹੈ, ਨੋ ਮੀਨਸ ਨੋ। ਤੁਹਾਡਾ ਕੀ ਨਾਮ ਸਰ? ਵਿਸ਼ਵਜੀਤ ਸਿੰਘ ਜੀ। ਵਿਸ਼ਵਜੀਤ, ਤੁਸੀਂ ਦੱਸੋ ਕਿ ਤੁਸੀਂ ਸੁਸਾਇਟੀ ਦੇ ਵਿੱਚ ਔਰਤ ਦੀ ਜਿਹੜੀ ਮੌਜੂਦਾ ਵੇਲੇ ਦੀ ਸਥਿਤੀ ਹੈ ਉਹਨੂੰ ਕਿਸ ਤਰੀਕੇ ਦੇਖਦੇ ਹੋ? ਔਰਤ ਦੀ ਜਿਹੜੀ ਮੌਜੂਦਾ ਸਥਿਤੀ ਹੈ ਸੁਸਾਇਟੀ ਦੇ ਵਿੱਚ, ਉਹਦੇ ਵਿੱਚ ਕਾਫੀ ਸੁਧਾਰ ਹੋਇਆ ਪਹਿਲਾਂ ਨਾਲੋਂ। ਜੇ ਆਪਾਂ ਕਾਫੀ ਟਾਈਮ ਪਹਿਲਾਂ ਦਾ ਦੇਖੀਏ ਤਾਂ ਉਹਦੇ ਨਾਲ ਹੁਣ ਥੋੜ੍ਹੇ ਅਵੇਅਰਨੈਸ ਵਗੈਰਾ ਅਤੇ ਉਹਨਾਂ ਦੇ ਹੱਕਾਂ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਜਾਂਦਾ, ਅਤੇ ਬਕਾਇਦਾ ਉਹਨਾਂ ਲਈ ਸਪੈਸ਼ਲ ਜਿਵੇਂ ਮਹਿਲਾ ਥਾਣੇ ਬਣੇ ਨੇ, ਅਤੇ 0 FIR ਦਾ ਕਨਸੈਪਟ ਆਇਆ ਜਿਹੜਾ ਰੇਪ ਦੇ ਕੇਸਿਸ 'ਚ ਕਿਤੇ ਵੀ ਦਰਜ ਹੋ ਸਕਦਾ। ਅਤੇ ਸਥਿਤੀ 'ਚ ਥੋੜ੍ਹਾ ਤਾਂ ਸੁਧਾਰ ਹੋਇਆ, ਲੇਕਿਨ ਇਹ ਸੁਧਾਰ ਥੋੜ੍ਹਾ ਹੌਲੀ ਹੈ, ਉਹ ਉਨਾ ਤੇਜ਼ੀ ਨਾਲ ਨਹੀਂ ਹੈ। ਜੇ ਆਪਾਂ ਬਾਕੀ ਵਿਕਾਸ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਨਾਲ ਗੱਲ ਕਰੀਏ ਅਤੇ ਆਪਾਂ ਭਾਰਤ ਨੂੰ ਕੰਪੇਅਰ ਕਰੀਏ ਤਾਂ ਅਸੀਂ ਥੋੜ੍ਹਾ ਪਿੱਛੇ ਹਾਂ ਹਜੇ ਵੀ। ਬਿਲਕੁਲ, ਇਹਦੇ ਵਿੱਚ ਪੇਂਡੂ ਅਤੇ ਸ਼ਹਿਰੂ ਖੇਤਰਾਂ ਦਾ ਕਿੰਨਾ ਕੁ ਫਰਕ ਨਜ਼ਰ ਆਉਂਦਾ ਹੈ? ਕੀ ਲੱਗਦਾ ਕਿ ਪੇਂਡੂ ਖੇਤਰਾਂ 'ਚ ਜ਼ਿਆਦਾ ਪਿਛੜੇ ਹੋਏ ਨੇ ਲੋਕ? ਬਿਲਕੁਲ, ਇਹ ਬਿਲਕੁਲ ਗੱਲ ਸਹੀ ਹੈ, ਪੇਂਡੂ ਖੇਤਰਾਂ 'ਚ ਪਿਛੜੇ ਹੋਏ ਨੇ ਥੋੜ੍ਹੇ ਜਿਹੇ, ਅਤੇ ਔਰਤਾਂ ਦੇ ਹੱਕਾਂ ਬਾਰੇ ਵੀ ਜਿਹੜੇ ਜਾਣੂ ਨੇ ਉਹ ਥੋੜ੍ਹੇ ਘੱਟ ਨੇ। ਅਤੇ ਦੂਜਾ, ਪੇਂਡੂ ਖੇਤਰਾਂ 'ਚ ਥੋੜ੍ਹਾ ਜਿਹਾ ਫੈਮਿਲੀ ਕਲਚਰ ਹਜੇ ਵੀ ਜ਼ਿੰਦਾ, ਅਤੇ ਉਹ ਜਿਵੇਂ ਕਿ ਇਹ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਛੋਟਾ ਮੋਟਾ ਕੋਈ ਝਗੜਾ ਹੋ ਜਾਵੇ ਤਾਂ ਔਰਤਾਂ ਸੋਚਦੇ ਵੀ ਚਲੋ ਕੋਈ ਗੱਲ ਨਹੀਂ ਵੀ ਘਰੇ ਨਿਪਟਾ ਲੈਂਦੇ ਹਾਂ, ਹੋ ਜਾਂਦਾ। ਇਹੋ ਜਿਹਾ ਅਰਬਨ ਖੇਤਰਾਂ 'ਚ ਥੋੜ੍ਹਾ ਜਿਹਾ ਅਸੀਂ ਨਹੀਂ ਦੇਖਦੇ ਹਾਂ, ਕਿਉਂਕਿ ਅਰਬਨ ਖੇਤਰਾਂ 'ਚ ਜਿਹੜੀ ਮੇਨ ਗੱਲ ਹੈ ਵੀ ਔਰਤਾਂ ਇੰਡੀਪੈਂਡੈਂਟ ਹੁੰਦੀ ਜਾ ਰਹੀਆਂ, ਅਤੇ ਜਿਵੇਂ ਜਿਵੇਂ ਉਹ ਇੰਡੀਪੈਂਡੈਂਟ ਹੋ ਰਹੀਆਂ ਨੇ ਉਹ ਆਪਣੇ ਹੱਕਾਂ ਬਾਰੇ ਜਾਣੂ ਵੀ ਹੋ ਰਹੀਆਂ ਨੇ, ਅਤੇ ਹੱਕਾਂ ਬਾਰੇ ਜਾਣੂ ਹੋਣ ਕਰਕੇ ਉਹਨਾਂ ਨਾਲ ਜੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਉਹਨਾਂ ਨਾਲ ਧੱਕਾ ਹੁੰਦਾ ਹੈ ਤਾਂ ਉਹਦੇ ਖਿਲਾਫ਼ ਆਵਾਜ਼ ਉਠਾਉਂਦੀਆਂ ਨੇ। ਹਰਗੁਣਪ੍ਰੀਤ ਸਿੰਘ। ਹਰਗੁਣ ਜੀ, ਤੁਸੀਂ ਦੱਸੋ ਕਿ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਸੁਸਾਇਟੀ ਦੇ ਵਿੱਚ, ਕਿੰਨੀ ਕੁ ਜ਼ਿੰਦਗੀ ਔਰਤਾਂ ਦੀ ਬਿਹਤਰ ਹੋਈ ਹੈ, ਅਤੇ ਕੀ ਕੁਝ ਚੀਜ਼ਾਂ ਤੁਹਾਨੂੰ ਲੱਗਦੀਆਂ ਨੇ ਕਿ ਉਹ ਸੁਧਾਰ ਕਰਨ ਵਾਲੀਆਂ ਹੈਗੀਆਂ ਨੇ ਹਾਲੇ? ਜਿਵੇਂ ਕਿ ਪਹਿਲਾਂ ਦੇ ਬੁਲਾਰਿਆਂ ਨੇ ਕਿਹਾ ਕਿ ਔਰਤ ਦੀ ਸਥਿਤੀ ਵਿੱਚ ਚੇਂਜ ਤਾਂ ਹੈ, ਸੁਧਾਰ ਤਾਂ ਹੋਇਆ, ਬਟ ਇਹ ਹੈ ਕਿ ਜਾਗਰੂਕਤਾ ਦੀ ਹੋਰ ਲੋੜ ਹੈ ਆਮ ਲੋਕਾਂ ਦੇ ਵਿੱਚ। ਜਿਵੇਂ ਕਿਹਾ ਪੇਂਡੂ ਖੇਤਰ ਜਾਂ ਸ਼ਹਿਰੀ ਖੇਤਰ, ਹੁਣ ਇੰਨਾ ਜ਼ਿਆਦਾ ਮੇਰੇ ਖਿਆਲ 'ਚ ਫਰਕ ਨਹੀਂ ਰਿਹਾ, ਹੌਲੀ ਹੌਲੀ ਜਿਵੇਂ ਲੋਕ ਪੜ੍ਹਾਈ ਲਿਖਾਈ ਕਰ ਰਹੇ ਹੈ, ਕੁਛ ਲਿਮਿਟੇਸ਼ਨ ਜ਼ਰੂਰੀ ਹੈ ਬਟ ਉਹ ਵੀ ਜਿਹੜੀਆਂ ਮਤਲਬ ਸੁਸਾਇਟੀ ਲਈ ਫਾਇਦੇਮੰਦ ਹੋਣ, ਬਟ ਇਹ ਹੈ ਕਿ ਹੁਣ ਔਰਤ ਪੜ੍ਹੀ ਲਿਖੀ ਹੈ ਤਾਂ ਬੇਸਿਕਲੀ ਮੈਂ ਸੋਚਦਾ ਕਿ ਜਿੱਥੇ ਸਤਿਕਾਰ ਹੈ ਉੱਥੇ ਪਿਆਰ ਵੀ ਹੋਏਗਾ ਅਤੇ ਉੱਥੇ ਸੁਰੱਖਿਆ ਹੋਏਗੀ, ਬਾਕੀ ਸਾਰੀਆਂ ਚੀਜ਼ਾਂ ਆਪਣੇ ਆਪ ਆ ਜਾਂਦੀਆਂ। ਜਿੱਥੇ ਤੁਸੀਂ ਸਤਿਕਾਰ ਕਰਦੇ ਹੋ ਨਾ ਕਿਸੇ ਵੀ ਬੀਂਗ ਦਾ, ਹਿਊਮਨ ਬੀਂਗ ਦਾ, ਚਾਹੇ ਉਹ ਔਰਤ ਹੈ ਚਾਹੇ ਮਰਦ ਹੈ। ਹੁਣ ਗੁਰੂ ਸਾਹਿਬ ਨੇ ਕਿਹਾ ਭੰਡ ਜੰਮੀ ਹੈ ਭੰਡ ਨਿੰਮੀ ਹੈ, ਭੰਡ ਮੰਗਣ ਵੀ ਆਓ, ਭੰਡਾ ਹੋਵੇ ਦੋਸਤੀ ਭੰਡੋ ਚੱਲੇ ਰਾਹ, ਭੰਡ ਮੂਹਾ ਭੰਡ ਪਾ ਲਿਆ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਆ ਜਿੱਤ ਜੰਮੇ ਰਾਜਾਨ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਤਿਕਾਰ ਕਰੋ, ਚਾਹੇ ਕੋਈ ਵੀ ਰੂਪ ਹੈ ਔਰਤ ਦਾ, ਤਾਂ ਉਹਨਾਂ ਔਰਤ ਤੋਂ ਬਿਨਾਂ ਦੁਨੀਆਂ ਚੱਲ ਨਹੀਂ ਸਕਦੀ। ਸਤਿਕਾਰ ਕਰਦੇ ਨੇ, ਤੁਹਾਨੂੰ ਲੱਗਦਾ ਕਿ ਪਹਿਲਾਂ ਨਾਲੋਂ ਸਤਿਕਾਰ ਵੱਧ ਹੋਇਆ, ਜਾਂ ਤੁਹਾਨੂੰ ਲੱਗਦਾ ਕਿ ਨਈ ਚੀਜ਼ਾਂ ਉੱਥੇ ਹੀ ਨਹੀਂ, ਉੱਥੇ ਖੜੀਆਂ ਨਜ਼ਰ ਆਉਂਦੀਆਂ ਨੇ ਕਈ ਵਾਰੀ ਜਦੋਂ ਕੋਈ ਇਸ ਤਰੀਕੇ ਦਾ ਹਾਦਸਾ? ਨਹੀਂ, ਸਤਿਕਾਰ ਦੇ ਵਿੱਚ ਮਤਲਬ ਵਾਧਾ ਹੋਇਆ, ਕਿਉਂਕਿ ਲੋਕ ਪੜ੍ਹੇ ਲਿਖੇ ਹੋ ਗਏ ਆ, ਅਵੇਅਰ ਹੋ ਗਏ ਆ, ਮੀਡੀਆ ਦੇ ਵਿੱਚ ਦਾ ਵੀ ਇਸ ਦੇ ਵਿੱਚ ਰੋਲ ਹੈ। ਹੁਣ ਤੁਸੀਂ ਕੋਈ ਵੀ ਸਿੱਖਿਆ ਸੰਸਥਾ ਦੇਖ ਲਓ, ਅਸੀਂ ਐਜ਼ ਅ ਸਟੂਡੈਂਟ ਜਾਂ ਐਜ਼ ਅ ਟੀਚਰ ਦੇਖਦੇ ਹਾਂ ਕਿ ਮਤਲਬ 50% ਤੋਂ ਵੀ ਉੱਪਰ ਹੈ ਜਿਹੜੀਆਂ ਕੁੜੀਆਂ ਹੁਣ ਪੜ੍ਹ ਰਹੀਆਂ। ਪਹਿਲਾਂ ਉਹ ਬਾਹਰ ਹੀ ਨਹੀਂ ਸੀ ਭੇਜਦੇ ਲੋਕ ਡਰਦੇ ਮਾਰੇ, ਹੁਣ ਲੜਕੀਆਂ ਇਕੱਲੀਆਂ ਵਿਦੇਸ਼ ਵੀ ਜਾ ਜਾਂਦੀਆਂ, ਤੋ ਅਫਸਰ ਵੀ ਲੱਗ ਰਹੀਆਂ, ਹਰ ਫੀਲਡ ਦੇ ਵਿੱਚ ਤਰੱਕੀ ਕਰ ਰਹੀਆਂ, ਔਰ ਸਪੋਰਟ ਮਿਲ ਵੀ ਰਹੀ ਹੈ, ਬਟ ਜਿਹੜਾ ਸੁਰੱਖਿਆ ਦਾ ਖੇਤਰ ਹੈ ਉੱਥੇ ਥੋੜ੍ਹੀ ਕਮੀ ਹੈ, ਜਿੱਥੇ ਸਰਕਾਰ ਨੂੰ ਵੀ ਚਾਹੀਦਾ ਕਿ ਲੋ ਇਸ ਪਾਸੇ ਧਿਆਨ ਦੇਵੇ। ਬਾਕੀ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਕਿ ਹੋਰ ਬਿਹਤਰ ਹੋਵੇ ਕੁੜੀਆਂ ਦੀ ਜ਼ਿੰਦਗੀ? ਗਵਰਨਮੈਂਟ ਨੂੰ ਇੱਕ ਤਾਂ ਜ਼ਿਆਦਾ ਤੋਂ ਜ਼ਿਆਦਾ ਅਵੇਅਰ ਕਰਨਾ ਚਾਹੀਦਾ, ਦੂਜਾ ਉਹਨਾਂ ਦੇ ਹੱਕਾਂ ਪ੍ਰਤੀ ਜਾਣੂ ਤਾਂ ਉਹ ਹੋ ਹੀ ਰਹੀਆਂ ਨੇ, ਇਹ ਯਕੀਨੀ ਬਣਾਇਆ ਜਾਵੇ ਕਿ ਜਦੋਂ
ਹੈ ਨਾ। ਸੋ ਇਹ ਹੈ ਵੀ ਛੇਤੀ ਤੋਂ ਛੇਤੀ ਨਿਪਟਾਰਾ ਹੋਵੇ ਉਹਨਾਂ ਦੇ ਕੇਸ ਦਾ। ਗਲਤ ਹੁੰਦਾ ਤਾਂ ਜਲਦ ਉਸਦਾ ਨਿਪਟਾਰਾ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕਰੀ ਹੈ ਜੀ। ਸੋ ਗੱਲ ਅਸੀਂ ਮਹਿਲਾ ਦਿਵਸ ਦੇ ਮੌਕੇ 'ਤੇ ਹੀ ਕਰ ਰਹੇ ਸੀ ਕਿ ਸਮਾਜ ਦੇ ਵਿੱਚ ਔਰਤਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਬਦਲਾਅ ਆਏ ਨੇ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਬਦਲ ਰਹੀ ਹੈ, ਮੌਕੇ ਉਹਨਾਂ ਨੂੰ ਮਿਲ ਰਹੇ ਨੇ, ਸਿੱਖਿਆ ਦਾ ਖੇਤਰ ਹੋਵੇ, ਨੌਕਰੀ ਦੇ ਮੌਕੇ ਨੇ ਇਹਨਾਂ ਨੂੰ ਲਗਾਤਾਰ ਮਿਲ ਰਹੇ ਨੇ, ਪਰ ਹਾਲੇ ਵੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ। ਇਸ ਪਾਸੇ ਗੌਰ ਕਰਨਾ ਚਾਹੀਦਾ ਹੈ, ਸਮਾਜ ਨੂੰ ਵੀ ਸੋਚਣਾ ਚਾਹੀਦਾ ਹੈ, ਮਾਪਿਆਂ ਨੂੰ ਸ਼ੁਰੂਆਤ ਤੋਂ ਹੀ ਧੀਆਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਚੰਗੇ ਮਾੜੇ ਦਾ ਫਰਕ ਸਿਖਾਉਣਾ ਚਾਹੀਦਾ ਹੈ, ਉੱਥੇ ਹੀ ਪੁੱਤਾਂ ਨੂੰ ਵੀ ਅਕਲ ਦੇਣੀ ਚਾਹੀਦੀ ਹੈ ਕਿ ਕਿਸੇ ਦੀ ਧੀ ਭੈਣ ਦੀ ਕਿਸ ਤਰੀਕੇ ਇੱਜ਼ਤ ਮਾਣ ਕਰਨਾ ਹੈ। ਇਹ ਸਮਝ ਮਾਪਿਆਂ ਨੇ ਹੀ ਪੈਦਾ ਕਰਨੀ ਹੁੰਦੀ ਹੈ, ਸਮਾਜ ਦੇ ਵਿੱਚ ਵੀ ਇਹ ਤਬਦੀਲੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਅੱਜ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ। ਧੰਨਵਾਦ।